ਮਾਨ ਸਿੰਘ ਆ ਜੀ ਮੇਰਾ ਨਾਮ ਮਾਨ ਸਿੰਘ ਕਿਹੜਾ ਪਿੰਡ ਪਿੰਡ ਆਤਾਪੁਰਾ ਜੀ ਅੱਛਾ ਕੀ ਹੈ ਜਿਹੜਾ ਬੱਚੇ ਦਾ ਪੈਰ ਮਿਲਿਆ ਇੱਥੋਂ ਹਾਂਜੀ ਤੁਸੀਂ ਕਦੋਂ ਦੇਖਿਆ ਹੈ ਇਹ ਜੀ ਮੈਂ ਨਹੀਂ ਦੇਖਿਆ ਸਾਡੇ ਮੁੰਡਾ ਆਇਆ ਤੜਕੇ ਸਾਡੇ ਨੂੰ ਜਵਾਕ ਨੂੰ ਲੈ ਕੇ ਛੋਟੇ ਜਿਹੇ ਨੂੰ ਉੱਤੇ ਅੱਛਾ ਇਹ ਜਦ ਉਹਨੂੰ ਘੁਮਾਉਂਦਾ ਫਿਰਦਾ ਘੁਮਾਉਂਦਾ ਘੁਮਾਉਂਦਾ ਉੱਥੇ ਵੱਗ ਗਿਆ ਉੱਥੇ ਜਾ ਕੇ ਜਦ ਦੇਖਿਆ ਉਹਨੇ ਫਿਰ ਉੱਥੇ ਉਹ ਦੇਖਿਆ ਵੀ ਤਾਂ ਪੈਰ ਪਿਆ ਫਿਰ ਉਹਨੇ ਹੇਠ ਜਾ ਕੇ ਦੱਸਿਆ ਛੋਟੇ ਜਿਹੇ ਬੱਚੇ ਦਾ ਹੈ ਛੋਟੇ ਜਿਹੇ ਬੱਚੇ ਦਾ ਹਾਂਜੀ ਲੱਗਿਆ ਪਤਾ ਕੁਝ ਬੱਚਾ ਨਹੀਂ ਜੀ ਕੋਈ ਪਤਾ ਕੁਝ ਨਹੀਂ ਲੱਗਿਆ ਵੀ ਇੱਥੇ ਕੋਈ ਛੋਟਾ ਬੱਚਾ ਕਿਹਦੇ ਕੋਲ ਹੈ ਨਾ ਜੀ ਕੋਈ ਪਤਾ ਨਹੀਂ ਲੱਗਿਆ ਕੋਈ ਬਾਕਰ ਦੇ ਪਿੰਡ ਦਾ ਹੀ ਲੱਗਦਾ ਦੇਖੋ ਜੀ ਕਿ ਬਿਨਾਂ ਦੇਖੇ ਕੁਝ ਨਹੀਂ ਕਹਿ ਸਕਦੇ ਜਿਹੜੀ ਹਾਲੇ ਕੋਈ ਆਪ ਨੂੰ ਕੋਈ ਪਤਾ ਨਹੀਂ ਸਰ ਤੁਹਾਡੇ ਕਿੰਨੇ ਮੈਂਬਰ ਨੇ ਪਰਿਵਾਰ 'ਚ ਸਾਡੇ ਮੈਂਬਰ ਹੈਗੇ ਜੀ ਇੱਕ ਤਾਂ ਮੈਂ ਅਤੇ ਮੇਰੇ ਘਰ ਵਾਲੀ ਤਿੰਨ ਦੋ ਕੁੜੀਆਂ ਨੇ ਜੀ ਅੱਛਾ ਬਾਕੀ ਇੱਕ ਮੁੰਡੇ ਦੇ ਘਰ ਵਾਲੀ ਆ ਅਤੇ ਇੱਕ ਮੁੰਡਾ ਛੋਟਾ ਜਿਹਾ ਜਵਾਕ ਹੁਣ ਉਹਨੂੰ ਲੈ ਕੇ ਆਇਆ ਤੁਹਾਡੇ ਕੀ ਕਰਦੇ ਤੁਹਾਨੂੰ ਕੀ ਪਤਾ ਲੱਗਣਾ ਚਾਹੀਦਾ ਹੈ ਹਾਂਜੀ ਪਤਾ ਲੱਗਣਾ ਚਾਹੀਦਾ ਨਾ ਇਹ ਹਾਂਜੀ ਸਾਡੇ ਕੋਠੇ 'ਤੇ ਸਿੱਟ ਕੇ ਕੱਲ੍ਹ ਕੋਈ ਬੰਦਾ ਮਾਰ ਕੇ ਪਾ ਜਾਓ ਅਸੀਂ ਤਾਂ ਹੁਣ ਹੇਠਾਂ ਪੈਂਦੇ ਹਾਂ ਬਾਹਰ ਪੈਂਦੇ ਹਾਂ ਉਰਾਂ ਪਰਾਂ ਪੈਂਦੇ ਹਾਂ ਕੋਈ ਛੋਟੇ ਜਿਹੇ ਬੱਚੇ ਦਾ ਪੈਰ ਹੈ ਜੀ ਹਾਂਜੀ ਛੋਟੇ ਜਿਹੇ ਬੱਚੇ ਦਾ ਪੈਰ ਆ ਨੋਰਮਲ ਬੱਚਾ ਜਮਾਂ ਹੀ ਛੋਟਾ ਜਿਹਾ ਮਤਲਬ ਲੱਗਦਾ ਵੀ ਇੱਕ ਦੋ ਮਹੀਨੇ ਦਾ ਹੀ ਹੋਣਾ ਹੈ ਮਹੀਨੇ ਦਾ ਤਾਂ ਹੈ ਨਹੀਂ ਜੀ ਥੋੜ੍ਹੇ ਹੀ ਚਿਰ ਦਾ ਬੱਚਾ ਜਿਹਦਾ ਪੈਰ ਹੈ ਹਾਂਜੀ ਅਤੇ ਸਿੱਟ ਕੇ ਕੱਲ੍ਹ ਨੂੰ ਕੋਈ ਬੰਦਾ ਮਾਰ ਕੇ ਪਾ ਜਾਓ ਅਸੀਂ ਤਾਂ ਹੁਣ ਹੇਠਾਂ ਪੈਂਦੇ ਹਾਂ ਬਾਹਰ ਪੈਂਦੇ ਹਾਂ ਉਰਾਂ ਪਰਾਂ ਪੈਂਦੇ ਹਾਂ ਕੋਈ ਛੋਟੇ ਜਿਹੇ ਬੱਚੇ ਦਾ ਪੈਰ ਹੈ ਜੀ ਹਾਂਜੀ ਛੋਟੇ ਜਿਹੇ ਬੱਚੇ ਦਾ ਪੈਰ ਆ ਨੋਰਮਲ ਬੱਚਾ ਜਮਾਂ ਹੀ ਛੋਟਾ ਜਿਹਾ ਮਤਲਬ ਲੱਗਦਾ ਵੀ ਇੱਕ ਦੋ ਮਹੀਨੇ ਦਾ ਹੀ ਹੋਣਾ ਹੈ ਮਹੀਨੇ ਦਾ ਤਾਂ ਹੈ ਨਹੀਂ ਜੀ ਥੋੜ੍ਹੇ ਹੀ ਚਿਰ ਦਾ ਬੱਚਾ ਜਿਹਦਾ ਪੈਰ ਹੈ ਹਾਂਜੀ ਹਾਂਜੀ ਮਾਨ ਸਿੰਘ ਸਨਫ ਦਿਆਲ ਸਿੰਘ ਜੀ ਤੇ ਕੀ ਘਟਨਾ ਹੋਈ ਹੈ ਜੀ ਕੀ ਕਾਰਨ ਦੀ ਦੇਖੋ ਜੀ ਮੈਨੂੰ ਕੋਈ ਪਤਾ ਨਹੀਂ ਵੀ ਕੀ ਹੋਇਆ ਮੈਂ ਤਾਂ ਪੌੜੀ 'ਤੇ ਅੱਜ ਚੜ੍ਹ ਕੇ ਆਇਆ ਉੱਪਰ ਅੱਛਾ ਜੀ ਬਹੁਤ ਔਖਾ ਮੇਰੀ ਤਾਂ ਲੱਤ ਟੁੱਟ ਗਈ ਸੀ ਪਹਿਲਾਂ ਮੈਂ ਤਾਂ ਹੁਣ ਮਾਂ ਵੀ ਮੈਂ ਦੇਖ ਕੇ ਆਉਣਾ ਆਪ ਹਾਂਜੀ ਬਾਕੀ ਉਹਦੇ ਬਾਅਦ 'ਚ ਪਹਿਲਾਂ ਤਾਂ ਮੈਨੂੰ ਰਾਤ ਰੂਤ ਦਾ ਕੋਈ ਪਤਾ ਨਹੀਂ ਵੀ ਕੀ ਚਾਂਸ ਹੋਇਆ ਕੀ ਗੱਲ ਹੋਈ ਆ ਕੁੱਤਾ ਲਿਆ ਨਹੀਂ ਸਵੇਰੇ ਦੇਖਿਆ ਕਿ ਨਹੀਂ ਜੀ ਇਹ ਕੀ ਇਹ ਤਾਂ ਸਾਡੇ ਮੁੰਡਾ ਆਇਆ ਤਾ ਜੀ ਉੱਪਰ ਕੋਠੇ ਤੋਂ ਅੱਛਾ ਜੀ ਮੁੰਡਾ ਕੋਠੇ 'ਤੇ ਆ ਕੇ ਉਹ ਮੁੰਡੇ ਦੇ ਜਵਾਕ ਨੂੰ ਨਹੀਂ ਫਿਰਦਾ ਤਾ ਅੱਛਾ ਜੀ ਬਾਕੀ ਉਹ ਜਵਾਕ ਨੂੰ ਜਦ ਇੱਧਰ ਫਿਰ ਤੁਰ ਕੇ ਜੇ ਉੱਥੇ ਗਿਆ ਗਾਹਾਂ ਹਾਂਜੀ ਉਹ ਮੂਹਰੇ ਉਹਨੇ ਦੇਖਿਆ ਵੀ ਪੈਰ ਪਿਆ ਉਹਨੂੰ ਉਹਨੇ ਹੇਠ ਜਾ ਕੇ ਦੱਸਿਆ ਫਿਰ ਫਿਰ ਉਹਦੀ ਮਾਂ ਆਈ ਆ ਫਿਰ ਮੇਰੀ ਨੂੰਹ ਵੀ ਆਈ ਆ ਦੇਖਣ ਫਿਰ ਤਾਂ ਪਿੰਡ 'ਚ ਪਤਾ ਲੱਗ ਗਿਆ ਸਾਰੇ ਰੌਲਾ ਇਹ ਹੈ ਕੀ ਆ ਜੀ ਕੀ ਕਿੱਦਾਂ ਦਾ ਟੁਕੜਾ ਜਿਹੜਾ ਪੈਰ ਮਾਸ ਦਾ ਕੀ ਆ ਇਹ ਤਾਂ ਪੈਰ ਆ ਜੀ ਗੈਰ ਪੈਰ ਦੇ ਮਤਲਬ ਲੱਤ ਉੱਪਰ ਤੇ ਥੋੜੀ ਜਿਹੀ ਅੱਛਾ ਹਾਂਜੀ ਕਿਹਦੀ ਹੈ ਜੀ ਬੰਦੇ ਦੀ ਹੈ ਕਿ ਬੱਚੇ ਦੀ ਹੈ ਕਿੱਡੀ ਕੁ ਉਮਰ ਹੋਣੀ ਆੜੀ ਆ ਨਹੀਂ ਇਹ ਤਾਂ ਰਾਤ ਬਰਾਤ ਦਾ ਹੀ ਹੈ ਜੀ ਅੱਛਾ ਅੱਛਾ ਇਹ ਤਾਂ ਬਹੁਤ ਨਾਰਮਲ ਆ ਜਮਾਂ ਬੱਚਾ ਹੈ ਠੀਕ ਹੈ ਜੀ ਹਾਂਜੀ ਅੱਜ ਪਿੰਡ ਆਤਾਪੁਰ ਦੇ ਸਰਪੰਚ ਸਰਦਾਰ ਬਲਜਿੰਦਰ ਸਿੰਘ ਵੱਲੋਂ ਥਾਣੇ ਇਤਲਾਹ ਦਿੱਤੀ ਗਈ ਸੀ ਕਿ ਮਾਨ ਸਿੰਘ ਸਨਫ ਦਿਆਲ ਸਿੰਘ ਵਾਸੀ ਪਿੰਡ ਆਤਾਪੁਰ ਦੇ ਮਕਾਨ ਦੀ ਛੱਤ ਪਰ ਕਿਸੇ ਨਵਜੰਮੇ ਬੱਚੇ ਦੀ ਗੋਡੇ ਤੋਂ ਹੇਠਾਂ ਦੇ ਹਿੱਸੇ ਦਾ ਪੈਰ ਪਿਆ ਹੈ ਕਾਰਵਾਈ ਕੀਤੀ ਜਾਵੇ ਜਿਸ ਪਰ ਸਾਡੇ ਵੱਲੋਂ ਪਿੰਡ ਆਤਾਪੁਰ ਪੁੱਜ ਕੇ ਮੌਕਾ ਦੇਖਿਆ ਗਿਆ ਜੋ ਇਹ ਮਾਮਲਾ ਕਿਸੇ ਨਾਮ ਨੂੰ ਔਰਤ ਜਾਂ ਵਿਅਕਤੀ ਵੱਲੋਂ ਨਵਜੰਮੇ ਬੱਚੇ ਨੂੰ ਜਨਮ ਸਮੇਂ ਜਾਂ ਜਨਮ ਤੋਂ ਬਾਅਦ ਮਰਨ ਪਰ ਕਿਸੇ ਜਗ੍ਹਾ ਸੁੱਟਿਆ ਗਿਆ ਜਿੱਥੇ ਕਿਸੇ ਜਾਨਵਰਾਂ ਵੱਲੋਂ ਉਸਦੇ ਖਾਣ ਪਰ ਬਚਿਆ ਹੋਇਆ ਪੈਰ ਦਾ ਹਿੱਸਾ ਮਾਨ ਸਿੰਘ ਦੀ ਛੱਤ ਘਰ ਦੀ ਛੱਤ ਪਰ ਸੁੱਟਿਆ ਗਿਆ ਇਸ ਮਾਮਲੇ ਵਿੱਚ IPC ਧਾਰਾ 318 ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ASI ਜਗਜੀਤ ਸਿੰਘ ਵੱਲੋਂ ਅਮਲ ਵਿੱਚ ਲਿਆਂਦੀ ਗਈ ਹੈ ਅਤੇ ਉਸਦੇ ਅੰਗ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਰੱਖੇ ਗਏ ਨੇ ਜਿਸਦਾ DNA ਟੈਸਟ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਦੋਸ਼ੀਆਂ ਦੀ ਭਾਲ ਜਾਰੀ ਹੈ